ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਜਿਹੜੇ ਪ੍ਰਵਾਸੀ ਭਰਾ ਵਾ, ਜਿਹੜੇ ਬਿਹਾਰੀ ਵੀਰ ਆ, ਜਿਹੜੇ ਤੁਰ ਕੇ ਜਾਂਦੇ ਆ, ਅਸੀਂ ਪ੍ਰਵਾਸੀ ਵੀਰਾਂ ਲਈ ਹਾਜ਼ਰ ਨਾਜ਼ਰ ਆ, ਕਿਉਂਕਿ ਉਹਨਾਂ ਦੀ ਕੋਈ ਵੀ ਇੰਨੀ ਮਦਦ ਨਹੀਂ ਕਰ ਰਿਹਾ। ਵੀ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਆ, ਉਹਨਾਂ ਦੀ ਮਦਦ ਕਰੋ। ਠੇਕੇ ਤੱਕ ਖੋਲ ਦਿੱਤੇ ਸ਼ਰਾਬ ਦੇ, ਹਰ ਚੀਜ਼ ਖੋਲ ਦਿੱਤੀ, ਪਰ ਮੇਰੀ ਵੀ ਤੁਹਾਡੇ ਮੂਹਰੇ ਹੱਥ ਜੋੜ ਕੇ ਬੇਨਤੀ, ਸਰਕਾਰਾਂ ਮੂਹਰੇ ਮੰਦਰ ਗੁਰਦੁਆਰੇ ਵੀ ਖੋਲ ਦਿਓ, ਜਿੱਥੋਂ ਸਾਡੀ ਜਾਨ ਬਚਣੀ ਹੈ, ਜਿੱਥੋਂ ਸਾਡਾ ਸਾਰਾ ਕੁਛ ਸੰਸਾਰ ਪਰਿਵਾਰ ਅੰਨ ਧਨ ਜਲ ਸਾਰਾ ਜਿੱਥੋਂ ਮਿਲਦਾ ਵਾ, ਉਹਨਾਂ ਦਰਵਾਜ਼ਿਆਂ ਨੂੰ ਖੋਲ ਦਿੱਤਾ ਜਾਵੇ। ਕਰਫਿਊ ਦੌਰਾਨ ਲਗਾਤਾਰ ਤਜਿੰਦਰ ਬਾਵਾ ਤੇ ਜਤਿੰਦਰ ਬੌਵੀ ਦੀ ਅਗਵਾਈ ਵਿੱਚ ਅਰਦਾਸ ਵੈਲਫੇਅਰ ਕਲੱਬ ਫਗਵਾੜਾ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ। ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਹੁਣ ਕਲੱਬ ਵੱਲੋਂ ਇੱਕ ਜਾਂ ਦੋ ਮੁਹੱਲੇ ਦੇ ਲੋਕਾਂ ਨੂੰ ਮੰਦਰ ਵਿਖੇ ਬੁਲਾ ਰਾਸ਼ਨ ਦੀਆਂ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਤਿੰਦਰ ਬੌਵੀ ਨੇ ਦੱਸਿਆ ਕਿ ਕਲੱਬ ਵੱਲੋਂ ਪਹਿਲਾਂ ਲੋੜਵੰਦ ਲੋਕਾਂ ਦੀ ਲਿਸਟ ਬਣਾਈ ਜਾਂਦੀ ਹੈ ਅਤੇ ਫਿਰ ਉਹਨਾਂ ਨੂੰ ਮੰਦਰ ਵਿਖੇ ਬੁਲਾ ਕੇ ਰਾਸ਼ਨ ਦਿੱਤਾ ਜਾਂਦਾ ਹੈ। ਉਹਨਾਂ ਨੇ ਮੀਡੀਆ ਰਾਹੀਂ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਜੋ ਪ੍ਰਵਾਸੀ ਮਜ਼ਦੂਰ ਸੜਕਾਂ 'ਤੇ ਪੈਦਲ ਜਾ ਰਹੇ ਨੇ, ਉਹਨਾਂ ਬਾਰੇ ਸਾਡੇ ਕਲੱਬ ਨੂੰ ਸੂਚਨਾ ਦਿੱਤੀ ਜਾਵੇ ਅਤੇ ਅਸੀਂ ਉਹਨਾਂ ਨੂੰ ਕਲੱਬ ਵੱਲੋਂ ਜੋ ਵੀ ਮਦਦ ਸੰਭਵ ਹੋਈ ਉਹ ਦੇਵਾਂਗੇ। ਉਹਨਾਂ ਕਿਹਾ ਕਿ ਇਸ ਸੰਬੰਧੀ ਦਿਨ ਰਾਤ ਕਿਸੇ ਵੀ ਸਮੇਂ ਸਾਨੂੰ ਦੱਸਿਆ ਜਾ ਸਕਦਾ ਹੈ। ਨਾਲ ਹੀ ਉਹਨਾਂ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਸਰਕਾਰ ਵੱਲੋਂ ਸ਼ਰਾਬ ਦੇ ਠੇਕੇ ਤਾਂ ਖੋਲ੍ਹ ਦਿੱਤੇ ਗਏ ਹਨ ਅਤੇ ਹੁਣ ਕਿਰਪਾ ਕਰਕੇ ਸਰਕਾਰ ਮੰਦਰ ਅਤੇ ਗੁਰਦੁਆਰੇ ਵੀ ਖੋਲ੍ਹ ਦੇਵੇ, ਕਿਉਂਕਿ ਜਿਸ ਪਰਮਾਤਮਾ ਕੋਲੋਂ ਸਭ ਕੁਝ ਮਿਲਦਾ ਹੈ ਉਸਦੇ ਦਰਵਾਜ਼ੇ ਤਾਂ ਸਰਕਾਰ ਨੇ ਬੰਦ ਕੀਤੇ ਹਨ, ਜਦਕਿ ਨਸ਼ੇ ਲਈ ਸ਼ਰਾਬ ਦੇ ਠੇਕੇ ਖੋਲ੍ਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਜਿਹੜਾ ਕਿ ਅਸੀਂ ਰੂਟੀਨ ਨਾਲ ਰਾਸ਼ਨ ਦਿੰਦੇ ਹਾਂ, ਤੁਹਾਨੂੰ ਸਾਰੇ ਵੀਰ ਭੈਣ ਭਰਾਵਾਂ ਨੂੰ ਪਤਾ ਹੀ ਆ। ਹੁਣ ਅਸੀਂ ਜਿਹੜੀ ਨਵੀਂ ਨੀਤੀ ਸ਼ੁਰੂ ਕੀਤੀ ਆ, ਮਹੱਲਾ ਬਾਏ ਮਹੱਲਾ ਦਿਆ ਕਰਾਂਗੇ। ਜਿੱਦਾਂ ਅੱਜ ਲਾਮਿਆਂ ਮਹੱਲਾ ਅਤੇ ਸੱਤ ਕਰਤਾਰੀਆਂ ਮਹੱਲਾ, ਦੋ ਮਹੱਲਿਆਂ ਨੂੰ ਪ੍ਰੋਪਰ ਰਾਸ਼ਨ ਦਿੱਤਾ ਗਿਆ। ਉਹਨਾਂ ਦੇ ਵਿੱਚੋਂ ਕੋਈ ਵੀ ਘਰ ਦਾ ਬੰਦਾ ਰਿਹਾ ਨਹੀਂ, ਜਿਹੜਾ ਵੀ ਲੋੜਵੰਦ ਪਰਿਵਾਰ ਆ, ਉਹਨਾਂ ਸਾਰਿਆਂ ਦੀ ਅਸੀਂ ਵੈਰੀਫਾਈ ਕਰਕੇ ਉਹਨਾਂ ਨੂੰ ਉਹਨਾਂ ਦੇ ਘਰਾਂ 'ਚ ਜਾ ਕੇ ਦੇਖ ਕੇ ਫਿਰ ਅਸੀਂ ਉਸ ਤੋਂ ਬਾਅਦ ਉਹਨੂੰ ਆਪਣੇ ਇੱਥੇ ਮੰਦਰ ਬੁਲਾਈਦਾ, ਫਿਰ ਉਹਨਾਂ ਨੂੰ ਰਾਸ਼ਨ ਦੇਈਦਾ ਵਾ। ਅਤੇ ਇੱਕ ਹੋਰ ਅਸੀਂ ਸਾਡੀ ਜਿਹੜੀ ਟੀਮ ਆ, ਸਾਡੀ ਪੂਰੀ ਟੀਮ ਮੇਰੇ ਭਰਾਵਾਂ ਵੱਲੋਂ ਉਪਰਾਲਾ ਕਰ ਰਹੀ ਹੈ, ਇਹਨਾਂ ਦੀ ਜਿਹੜੀ ਸਹਿਮਤੀ ਦੇ ਨਾਲ ਜਿਹੜੇ ਪ੍ਰਵਾਸੀ ਭਰਾ ਵਾ, ਜਿਹੜੇ ਬਿਹਾਰੀ ਵੀਰ ਆ, ਜਿਹੜੇ ਤੁਰ ਕੇ ਜਾਂਦੇ ਆ, ਅਸੀਂ ਇਹਨਾਂ ਸਾਰੇ ਵੀਰ ਜਿੰਨੇ ਵੀ ਸਾਡੇ ਆ ਪ੍ਰੈਸ ਵਾਲੇ ਆ, ਇਹਨਾਂ ਸਾਰਿਆਂ ਅੱਗੇ ਬੇਨਤੀ ਕਰਦੇ ਹਾਂ, ਜਦੋਂ ਵੀ ਉਹ ਤੁਹਾਨੂੰ ਦਿਸਣ, ਤੁਸੀਂ ਸਾਡੀ ਕਲੱਬ ਦੇ ਬਾਵੇ ਚਾਚੇ ਨੂੰ, ਡਿੰਪਲ ਭਾਜੀ ਨੂੰ, ਹਣੀ ਨੂੰ, ਕਿਸੇ ਨੂੰ ਵੀ ਫੋਨ ਕਰੋ, ਮੈਨੂੰ ਕਰੋ, ਅਸੀਂ ਉਸੇ ਵੇਲੇ ਜਾ ਕੇ ਉਹਨਾਂ ਦੀ ਜੋ ਬਣਦੀ ਲੋੜ ਸਾਡੀ ਕਲੱਬ ਤੋਂ ਹੋਈ ਅਸੀਂ ਪੂਰੀ ਕਰਾਂਗੇ। ਉਹਨਾਂ ਨੂੰ ਵੱਧ ਤੋਂ ਵੱਧ ਜਿੰਨੀ ਵੀ ਮਦਦ ਹੋ ਸਕੀ, ਕਲੱਬ ਵੱਲੋਂ ਭਾਵੇਂ ਅੱਧੀ ਰਾਤ ਹੋਵੇ, ਜਦੋਂ ਮਰਜ਼ੀ ਹੋਵੇ ਸਾਨੂੰ ਆਵਾਜ਼ ਮਾਰੋ, ਅਸੀਂ ਪ੍ਰਵਾਸੀ ਵੀਰਾਂ ਲਈ ਹਾਜ਼ਰ ਨਾਜ਼ਰ ਹਾਂ, ਕਿਉਂਕਿ ਉਹਨਾਂ ਦੀ ਕੋਈ ਵੀ ਇੰਨੀ ਮਦਦ ਨਹੀਂ ਕਰ ਰਿਹਾ। ਵੀ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਆ, ਉਹਨਾਂ ਦੀ ਮਦਦ ਕਰੋ। ਅਤੇ ਮੈਂ ਇੱਕ ਸੰਦੇਸ਼ ਸਾਰਿਆਂ ਨੂੰ ਹੋਰ ਦੇਣਾ ਚਾਹੁੰਦਾ, ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ, ਵੀ ਪਲੀਜ਼ ਤੁਸੀਂ ਠੇਕੇ ਤੱਕ ਖੋਲ ਦਿੱਤੇ ਸ਼ਰਾਬ ਦੇ, ਹਰ ਚੀਜ਼ ਖੋਲ ਦਿੱਤੀ, ਪਰ ਮੇਰੀ ਵੀ ਤੁਹਾਡੇ ਮੂਹਰੇ ਹੱਥ ਜੋੜ ਕੇ ਬੇਨਤੀ, ਸਰਕਾਰਾਂ ਮੂਹਰੇ ਮੰਦਰ ਗੁਰਦੁਆਰੇ ਵੀ ਖੋਲ ਦਿਓ, ਕਿਉਂਕਿ ਇੰਨੇ ਲੋਕ ਇੰਨੇ ਕੁ ਅਵੇਅਰਨੈਸ ਹੋ ਚੁੱਕੇ ਆ, ਸੋਸ਼ਲ ਡਿਸਟੈਂਸ ਰੱਖਦੇ ਆ, ਉਹ ਇਸ ਚੀਜ਼ ਲਈ ਵੀ ਅਵੇਅਰਨੈਸ ਹੋ ਚੁੱਕੇ। ਪਲੀਜ਼ ਸ਼ਰਾਬ ਦੇ ਵਿੱਚ ਕੋਈ ਅਵੇਅਰਨੈਸ ਹੈ ਨਹੀਂ ਗੀ, ਜਦਕਿ ਮੰਦਰ ਗੁਰਦੁਆਰੇ ਜਿੰਨੀ ਵੀ ਜਲਦੀ ਹੋ ਸਕਦੇ ਆ ਖੋਲ੍ਹੋ, ਉਹ ਵੀ ਇੱਕ ਰੱਬ ਦਾ ਘਰ ਆ, ਜਿੱਥੋਂ ਸਾਡੀ ਜਾਨ ਬਚਣੀ ਹੈ, ਜਿੱਥੋਂ ਸਾਡਾ ਸਾਰਾ ਕੁਛ ਸੰਸਾਰ ਪਰਿਵਾਰ ਅੰਨ ਧਨ ਜਲ ਸਾਰਾ ਜਿੱਥੋਂ ਮਿਲਦਾ ਵਾ, ਉਹਨਾਂ ਦਰਵਾਜ਼ਿਆਂ ਨੂੰ ਖੋਲ੍ਹ ਦਿੱਤਾ ਜਾਵੇ। ਸਾਡੀ ਕਲੱਬ ਵੱਲੋਂ, ਪੂਰੀ ਕਲੱਬ ਵੱਲੋਂ ਹੱਥ ਜੋੜ ਕੇ ਬੇਨਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਕਲੱਬ ਦੇ ਮੈਂਬਰ ਅਤੇ ਰਾਸ਼ਨ ਲੈਣ ਆਏ ਲੋੜਵੰਦ ਲੋਕ ਹਾਜ਼ਰ ਸਨ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।